ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਅਸੀਂ ਸਰ ਅਲਜੀਰੀਆ ਤੋਂ ਬੋਲਦੇ ਜੀ, ਅਸੀਂ ਅੱਜ ਦੋ ਪੰਜ ਮਹੀਨੇ ਪਹਿਲਾਂ ਇੱਥੇ ਅਲਜੀਰੀਆ ਵਿੱਚ ਆਏ ਹੋਏ ਹਾਂ। ਸਾਨੂੰ ਏਜੰਟਾਂ ਨੇ MS ਸੰਦੀਪ ਕਪੂਰ ਦਿੱਲੀ ਤੋਂ ਔਰ ਦੋ ਨੰਬਰ 'ਤੇ ਧਿਆਨ ਸਿੰਘ ਅਤੇ ਅਨੀਗੜ੍ਹ ਸ਼ੰਕਰ ਤੋਂ, ਇਹਨਾਂ ਨੇ ਸਾਨੂੰ ਇੱਥੋਂ 420 ਬਣਾ ਕੇ ਅਲਜੀਰੀਆ ਵਿੱਚ ਇਹਨਾਂ ਕੰਪਨੀ ਵਿੱਚ ਭੇਜਿਆ ਸੀ। ਪਰ ਇੱਥੇ ਆ ਕੇ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋ ਸਾਨੂੰ ਅਸੀਂ ਬਹੁਤ ਇਹਨਾਂ ਕੰਪਨੀਆਂ ਨੂੰ ਵੀ ਅਤੇ ਏਜੰਟਾਂ ਨੂੰ ਵੀ ਬਹੁਤ ਆਪਣੇ ਬਾਰੇ ਦੱਸਿਆ ਵੀ ਸਾਨੂੰ ਇੱਥੇ ਮਾਹੌਲ ਠੀਕ ਨਹੀਂ ਹੈ, ਸਾਨੂੰ ਬਹੁਤ ਪ੍ਰੋਬਲਮ ਆ। ਪਰ ਇਹਨਾਂ ਨੇ ਸਾਨੂੰ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ, ਨਾ ਸਾਡੇ ਇਹਨਾਂ ਦੇ ਕੋਈ ਫੋਨ ਰਿਸੀਵ ਕੀਤੇ ਆ। ਅਸੀਂ ਬਹੁਤ ਮੁਸ਼ਕਲ ਵਿੱਚ ਫਸੇ ਹੋਏ ਸੀਗੇ ਅਤੇ ਸਾਡੇ ਵਿੱਚ ਅੱਗੇ ਮਦਦ ਕਰਨ ਵਾਸਤੇ ਸਾਡੀ ਸਭ ਤੋਂ ਪਹਿਲਾਂ ਹਰਨੇਕ ਸਿੰਘ ਰੰਧਾਵਾ ਜੀ ਹੈਲਪਲਾਈਨ ਕੈਨੇਡਾ ਤੋਂ ਗਰੁੱਪ ਵਾ ਉਹਨਾਂ ਦਾ, ਸਾਡੇ ਕਮਲ ਵੀਰ ਅਤੇ ਸਾਡੇ ਰਮਨ ਵੀਰ ਅਤੇ ਹੋਰ ਉਹਨਾਂ ਦੇ ਸੱਜਣ ਮਿੱਤਰ ਜੋ ਵੀ ਸਾਰੇ ਗਰੁੱਪ ਵਿੱਚ ਹਨ, ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ। ਉਹਨਾਂ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ, ਸਾਨੂੰ ਇੱਥੋਂ ਸਾਡੇ ਘਰਾਂ ਤੱਕ ਪਹੁੰਚਾਉਣ ਦਾ ਸਾਨੂੰ ਮੌਕਾ ਦਿੱਤਾ। ਦੂਜੇ ਨੰਬਰ 'ਤੇ ਪ੍ਰਾਈਮ ਏਸ਼ੀਆ TV ਅਤੇ ਅਕਾਲ ਚੈਨਲ, ਉਹਨਾਂ ਨੇ ਵੀ ਸਾਡੀ ਆਪਣੇ TV ਵਿੱਚ ਨਿਊਜ਼ਾਂ ਦੇ ਕੇ ਸਾਡੀਆਂ ਬਹੁਤ ਜ਼ਿਆਦਾ ਮਦਦ ਕੀਤੀ। ਤੀਜੇ ਨੰਬਰ 'ਤੇ ਸਾਡੇ ਇੰਡੀਅਨ ਅੰਬੈਸੀ ਅਲਜੀਰੀਆ ਵਿੱਚ ਮਿਸਟਰ ਅਭੈ ਕੁਮਾਰ ਅਤੇ ਮਿਸਟਰ ਬਿਸਟ, ਉਹਨਾਂ ਨੇ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰਕੇ ਸਾਨੂੰ ਸਾਡੇ ਘਰਾਂ ਤੱਕ ਸਾਡੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਬਹੁਤ ਜੱਦੋ ਜਹਿਦ ਕੀਤੀ। ਅਸੀਂ ਇਹਨਾਂ ਦਾ ਹੱਥ ਜੋੜ ਕੇ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।